ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗਿੱਲਾਂ ਤਹਿਸੀਲ ਵਿੱਚ ਆਏ ਸੀਗੇ ਅਤੇ ਸਾਡਾ ਕੋਈ ਨਿੱਜੀ ਕੰਮ ਸੀਗਾ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਇੱਥੇ ਲੋਕਾਂ ਦੇ ਹਾਲਾਤ ਕੀ ਨੇ। ਗਰਾਂ ਇੱਥੇ 1:39 'ਤੇ ਤਹਿਸੀਲਦਾਰ ਸਾਹਿਬ ਆਏ ਨੇ ਜਿਨ੍ਹਾਂ ਨੇ ਰਜਿਸਟਰੀਆਂ ਕਰਨੀਆਂ ਨੇ ਗਰਾਂ, ਅਤੇ ਉਹ ਵੀ ਤਾਂ ਆ ਗਏ ਕਿਉਂਕਿ ਟੀਟੂ ਬਾਣੀਆਂ ਨੇ ATC ਸਾਹਿਬ ਨੂੰ 1:24 'ਤੇ ਮੈਸੇਜ ਪਾਇਆ ਸੀਗਾ ਵੀ ਲੋਕ ਪਰੇਸ਼ਾਨ ਨੇ ਗਰਾਂ, ਅਤੇ ਇੱਥੇ ਕੁਰਸੀਆਂ ਟੁੱਟੀਆਂ ਪਈਆਂ ਨੇ ਗਰਾਂ, ਪੱਖੇ ਬੰਦ ਨੇ, ਜਿਨ੍ਹਾਂ ਦੀ ਮੈਂ ਫੋਟੋਆਂ ਬਣਾ ਕੇ ਲੈ ਕੇ ਆਇਆ ਵਾਂ, ਮੈਂ ਪੱਤਰਕਾਰਾਂ ਵੀਰਾਂ ਨੂੰ ਪਾਊਂਗਾ। ਯਾਨੀ ਕਹਿਣ ਦਾ ਭਾਵ ਡਾਵਾਡੋਲ ਹੋਇਆ ਹੋਇਆ ਵਾ। ਇੱਥੇ ਜਿਹੜੇ ਲੋਕ ਟੈਕਸ ਭਰਦੇ ਆ, ਲੋਕ ਯਾਨੀ ਇੱਥੇ ਪਰੇਸ਼ਾਨ ਹੁੰਦੇ ਨੇ, ਨਾ ਕੋਈ ਇੱਥੇ ਪਾਣੀ ਪੀਣ ਦੀ ਸੁਵਿਧਾ ਵਗਰਾਂ, ਯਾਨੀ ਕਹਿਣ ਦਾ ਭਾਵ ਬੁਰੇ ਹਾਲ ਹੋਏ ਆ। ਅੱਜ ਟੀਟੂ ਬਾਣੀਆਂ ਜਦੋਂ ਤਹਿਸੀਲ ਵਿੱਚ ਆਇਆ ਤਾਂ ਟੀਟੂ ਬਾਣੀਆਂ ਨੂੰ ਲੋਕਾਂ ਦੇ ਦੁੱਖ ਪਤਾ ਲੱਗੇ ਵੀ ਇੱਦਾਂ ਦੁੱਖ ਹੁੰਦੇ ਆ। ਅਗਰ ਜੇ ਮੈਂ ਮੈਸੇਜ ਨਾ ਪਾਉਂਦਾ ਤਾਂ ਇਹਨਾਂ ਨੇ ਹਜੇ ਤੱਕ ਆਉਣਾ ਹੀ ਨਹੀਂ ਸੀਗਾ। ਇਹਨਾਂ ਨੇ ਕਿਹਾ ਫਿਰ ਆਉਂਦੇ ਆਉਂਦੇ ਫਟਾਫਟ ਕੰਮ ਇਹਨਾਂ ਨੇ ਕੀਤਾ। ਇਹਨਾਂ ਨੇ ਕਿਹਾ ਕਹਿਣ ਦਾ ਭਾਵ ਕਰਾਂ, ਦੇਖੋ ਮੈਂ ਸਰਕਾਰਾਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਜਦੋਂ ਇੱਕ ਵਾਰੀ ਕੋਈ ਬੰਦਾ ਮਕਾਨ ਲੈ ਲੈਂਦਾ ਵਾ ਉੱਥੇ ਸਟਾਮ ਲੱਗਦੇ ਆ, ਹੋਰ ਯਾਨੀ ਚਾਰਜ ਲੱਗਦੇ ਆ, ਅਤੇ ਹੋਰਾਂ ਦੀ ਯਾਨੀ ਰੋਟੀ ਚੱਲਦੀ ਆ, ਅਤੇ ਉਸ ਤੋਂ ਬਾਅਦ ਯਾਨੀ ਕਹਿਣ ਦਾ ਭਾਵ ਜਦੋਂ ਦੁਬਾਰਾ ਮਕਾਨ ਵੇਚਣਾ ਵਾ ਫਿਰ ਦੁਬਾਰਾ ਸਟਾਮ ਲੱਗਦੇ ਆ, ਫਿਰ ਬੰਦਾ ਕਹਿੰਦਾ ਤੂੰ ਵੱਡਾ ਲੈ ਲਈਏ, ਫਿਰ ਉਹੀ ਮਕਾਨ ਤੀਜੀ ਥਾਂ 'ਤੇ ਬੈਠ ਜਾਵੇ ਫਿਰ ਸਟਾਮ ਲੱਗਦੇ ਆ, ਚੌਥੀ ਥਾਂ 'ਤੇ ਬੈਠ ਜਾਵੇ, ਪੰਜਵੀਂ ਥਾਂ 'ਤੇ ਬੈਠ ਜਾਵੇ, ਵਾਰ ਵਾਰ ਸਟਾਮ ਲੈਣੇ ਪੈਂਦੇ ਆ ਲੋਕਾਂ ਨੂੰ। ਪੂਰਾ ਇੰਨਾ ਟੈਕਸ ਜਾਂਦਾ ਵਾ, ਇੱਕ ਵਾਰੀ ਮਕਾਨ ਲਿੱਤਾ ਹੋਇਆ ਸਰਕਾਰ ਦੀਆਂ ਜੜਾਂ 'ਚ ਬਹਿ ਜਾਂਦਾ ਵਾ, ਉਹਨਾਂ ਵਾਸਤੇ ਤਾਂ ਖਜ਼ਾਨੇ ਭਰ ਜਾਂਦੇ ਨੇ ਗਰਾਂ, ਪਰ ਲੋਕਾਂ ਦੀ ਸੁੱਖ ਸੁਵਿਧਾ ਵਾਸਤੇ ਕੋਈ ਨਹੀਂ, ਕੁਛ ਨਹੀਂ। ਇੱਥੇ ਪੱਖੇ ਬੰਦ ਆ, ਇੱਥੇ ਕੁਰਸੀਆਂ ਟੁੱਟੀਆਂ ਹੋਈਆਂ ਨੇ, ਦੋ ਪੈਰਾਂ ਡਿੱਗੀਆਂ ਜਦੋਂ ਕੁਰਸੀਆਂ 'ਤੇ ਉਹ ਲਾਉਣ ਲੱਗੇ ਗਰਾਂ, ਬੈਠਣ ਲੱਗੀਆਂ, ਕਿਉਂਕਿ ਉਹਦੇ ਪਾਵੇ ਟੁੱਟੇ ਹੋਏ ਸੀਗੇ ਜਿੰਨੇ ਮੈਂ ਮੂਵੀ ਬਣਾ ਕੇ ਲੈ ਕੇ ਆਇਆ ਵਾਂ। ਅੰਦਰ ਚਲੋ ਕੰਮ ਚੱਲਦਾ ਸੀ, ਮੈਂ ਅੰਦਰ ਲਾਈਵ ਤਾਂ ਨਹੀਂ ਹੋਇਆ, ਮੈਂ ਕਿਹਾ ਵੀ ਐਵੇਂ ਕੰਮ 'ਚ ਝੜਮ ਪਊਗਾ ਅਤੇ ਇਹਨਾਂ ਨੂੰ ਪਤਾ ਲੱਗੂ ਵੀ ਟੀਟੂ ਬਾਣੀ ਇੱਥੇ ਆ ਗਿਆ। ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਬਦਲਾਅ ਬਦਲਾਅ ਦੀਆਂ ਗੱਲਾਂ ਬਥੇਰੀਆਂ ਕਰਦੇ ਨੇ ਪਰ ਇੱਥੇ ਬਦਲਾਅ ਵਾਲੀ ਕੋਈ ਗੱਲਬਾਤ ਹੈ ਹੀ ਨਹੀਂ ਇੱਥੇ ਗਰਾਂ। ਬਾਲਾ ਨਹੀਂ ਕਹਿੰਦਾ, ਮੈਂ ਬੇਨਤੀ ਕਰਦਾ ਵਾਂ ਵੀ ਜਿਹੜੇ ਲੋਕ ਟੈਕਸ ਭਰਦੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ। ਬਾਲਾ ਨਹੀਂ ਕਹਿੰਦਾ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ।